ਆਪਣਾ ਮਾਂ ਪਿਓ ਵੀ ਅੱਜ ਮਰ ਕੇ ਭਰਦੇ ਦੂਜਿਆਂ ਦੇ ਜਨਾਨੀਆਂ ਤੇ ਨੀ ਨਾ ਲੱਭਦੀਆਂ ਸੁਲਾਹ ਕਰ ਲੈਣ ਲੱਗਿਆ ਮੇਰਾ ਪਿਓ ਤੇ ਮੇਰੀ ਮਾਂ ਮੇਰੀ ਜਨਾਨੀ ਨੂੰ ਮਾਫ਼ੀ ਮੰਗਣ ਮੈਂ ਘਰ ਆ ਜਾਂਦਾ ਮੇਰੀ ਕਾਹਦੀ ਲੜਾਈ ਛੋਟੇ ਭਰਾ ਨੇ ਇਸ ਤਰ੍ਹਾਂ ਮਾਰਿਆ ਤਿੰਨ ਦਿਨ ਹੋਣ ਮੇਰਾ ਅੰਦਰ ਤਿੰਨ ਹੋਣ ਮੈਂ ਦਿਨ ਨੀ ਕਰਦੀ ਰੋਟੀ ਛੋਟੇ ਭਰਾ ਦਾ ਕੀ ਹੱਕ ਬਣਦਾ ਉਹਨੂੰ ਮਾਰਨ ਦਾ ਕਿੱਥੋਂ ਲੱਭਦੀਆਂ ਨੇ ਮਾਂ ਪਿਓ ਤੋਂ ਫਿਰ ਲੱਭ ਜਾਂਦੇ ਦੋਵੇਂ ਜੀ ਤੋਂ ਮਾਫ਼ੀ ਮੰਗਣਗੇ ਤੇ ਘਰ ਜਾਣਾ ਹੁਣ ਲੋਕਾਂ ਨੂੰ ਜਹਾਜ਼ ਕਹਿੰਦੇ ਸਾਡੀ ਸੁਲਾਹ ਕਰਾਓ ਮੈਂ ਪਾਗਲ ਹਾਂ ਜਨਾਨੀ ਨੂੰ ਮਾਰ ਪਵਾ ਕੇ ਤੇ ਹੁਣ ਸੁਲਾਹ ਕਰ ਲਓ ਭਾਈ ਸਾਹਿਬ ਮੇਰੇ ਵਾਸਤੇ ਸਭ ਕੁਛ ਛੱਡ ਕੇ ਆਈ ਮੈਂ ਉਹਨੂੰ ਦਲੀਲ ਕਰਵਾਉਣਾ ਉਹ ਕਿਹਾ ਕਿ ਜੰਮੀ ਨੀ ਹੈ ਮੇਰੀ ਵੱਡੀ ਭੈਣ ਲੜ ਕੇ ਆਈ ਅੱਠ ਦਿਨ ਤੇ ਅੰਮਾ ਮੇਰੀ ਚੁੱਪ ਨੀ ਸੀ ਕਰਦੀ ਹੁੰਦੀ ਮੇਰੀ ਧੀ ਘਰ ਆ ਗਈ ਉਹ ਕਿਸੇ ਦੀ ਧੀ ਨੀ ਹੈ ਇਹਨਾਂ ਦੀਆਂ ਬਹੁਤੀਆਂ ਲੱਗਦੀਆਂ ਜਨਾਨੀਆਂ ਕਿੱਥੋਂ ਲੱਭਦੀਆਂ ਮਾਂ ਪਿਓ ਤੇ ਹਜ਼ਾਰਾਂ ਲੱਭ ਜਾਂਦੇ ਮਾਂ ਪਿਓ ਮਰ ਜਾਏ ਸਾਰਾ ਮਹੱਲਾ ਆ ਜਾਂਦਾ ਪੁੱਤਰਾ ਤੇਰੇ ਵੱਡੇ ਵਡੇਰੇ ਨਾਰ ਹੋ ਜਨਾਨੀ ਮਰ ਜਾਏ ਕੋਈ ਜਨਾਨੀ ਆਉਂਦੀ ਜੇ ਮੈਂ ਤੇਰੀ ਜਨਾਨੀ ਚੁੱਪ ਕਰ ਮਾਂ ਪਿਓ ਤੇ ਫਿਰ ਲੱਭ ਜਾਂਦਾ ਔਰਤ ਜਿੰਨੇ ਗਦਰ ਨੀ ਨਾ ਕੀਤੀ ਦਲੀਲ ਹੀ ਹੋਇਆ 5 ਲੱਖ ਦੀ ਕਮੇਟੀ ਨਿਕਲੀ 4 ਮਹੀਨੇ ਉਹਨੂੰ ਮਰੀ ਰੱਖਿਆ ਸਾਰੇ ਪੈਸੇ ਮੁੱਕ ਗਏ ਨੇ ਤੇ ਘਰ ਆ ਗਏ ਅੱਬਾ ਮੇਰਾ ਗਾਲਾਂ ਕੱਢਣ ਲੱਗ ਪਿਆ ਮੈਂ ਕਿਹਾ ਮੈਂ ਘੁਮਾਏ ਹੁੰਦਾ ਜਨਾਨੀ ਨੂੰ ਖੋਇਆ ਨੇ ਕੀ ਹੋ ਗਿਆ ਐਵੇਂ ਦੇ ਨੀ ਸਿਆਣਿਆਂ ਦੇ ਜਨਾਨੀ ਦੀਆਂ ਗਾਲਾਂ ਘਿਓ ਦੀਆਂ ਨਾਲ ਜਨਾਨੀ ਦੀਆਂ ਗਾਲਾਂ ਕਿੱਥੋਂ ਲੱਭਦੀਆਂ ਅੱਬਾ ਮੇਰਾ ਆਉਂਦਾ 12 ਵਜੇ ਛੁੱਟੀ ਪਈ ਉੱਠਦੀ ਤੇਰੀ ਜਨਾਨੀ ਕੰਮ ਕਰਵਾ ਦੇਵੋ ਮੈਂ ਕਿਹਾ ਤੁਹਾਨੂੰ ਕਾਹਦੇ ਲਈ ਰੱਖਿਆ ਜੇ ਮੇਰੀ ਜਨਾਨੀ ਨੇ ਕੰਮ ਕਰਨੇ ਹਾਂਜੀ ਸਾਹਿਬ ਉਹਨੂੰ ਮੈਂ ਪੈਰ ਨੀ ਥੱਲੇ ਲਾਉਣ ਦਿੰਦਾ ਬੱਚੇ ਆਪ ਸਕੂਲੇ ਛੱਡ ਕੇ ਉਹਨਾਂ ਤਿਆਰ ਕਰਕੇ ਫਰਜ਼ ਧੋਣਾ ਭਾਂਡੇ ਮੈਂ ਧੋਣਾ ਹਾਂਜੀ ਉਹਨੂੰ ਜਿੰਨਾ ਵੀ ਮੈਂ ਘੁੱਟ ਕੇ ਨਾ ਸਮਾਂ ਮੈਨੂੰ ਨੀਂਦਰ ਵੀ ਨੀ ਪੈਂਦੀ ਹੈ ਮੇਰਾ ਅੰਦਰ ਉਹ ਦਿਨ 3 ਦਿਨ ਮੈਂ ਰੋਟੀ ਨੀ ਖਾਧੀ ਹੈ ਮੈਨੂੰ ਪਤਾ ਜਿਵੇਂ ਮੈਂ ਦਿਹਾੜੀ ਕੱਢੀ ਹੈ ਚੱਲ ਨਾ ਰੋ ਕੰਮ ਨਾ ਕੋਈ ਹੱਲ ਕਰਨੇ ਉਹ ਲੋਕਾਂ ਕੇ ਦਲੀਲ